ਠੰਡੀ ਸੀਲ ਬਹੁਤ ਆ ਨਾ। ਠੰਡੀ ਸੀਲ ਭਰਾ ਮੇਰਾ ਫੁੱਲ ਆ, ਜਿਵੇਂ ਮਰਜ਼ੀ ਜਾਂ ਜਵਾਕ ਬਹਿ ਜੇ ਬੇੜੀ ਥੱਲੇ। ਅੱਛਾ ਜੀ, ਹਾਂ ਆ ਤੁਹਾਡੇ ਸਾਹਮਣੇ ਆ ਦੇਖ ਲਓ। ਤੇ ਹੈਗੀ ਵੀ ਬਾਈ ਬਾਡੀ ਵਾਲੀ ਆ, ਹਾਂ ਬਾਡੀ ਵਾਲੀ, ਕੱਦ ਕਾਠ ਵੀ ਚੰਗਾ ਯਾਰ ਇੱਥੇ, ਤੁਸੀਂ ਮੇਰੇ ਕੱਦ ਤੋਂ ਇਹਦੇ ਸੱਜਣੋ ਕੱਦ ਦਾ ਅੰਦਾਜ਼ਾ ਵੀ ਲਾ ਸਕਦੇ ਹੋ। ਠੰਡੀ ਸੀਲ ਇਹ ਵੀ ਪੂਰੀ ਆ, ਇਹਦੇ ਕਿੰਨੇ ਪੈਸੇ ਲਵਾਏਗਾ? ਨਹੀਂ ਇਹ ਦੇਣ ਲੈਣੇ ਮੇਰੇ 32,000 ਰੁਪਏ ਸਿਰਫ। ਅੱਛਾ, ਇਹਦਾ ਸਿਰਫ 32,000? 32,000 ਰੁਪਏ। ਹਾਂ ਲੈ ਸੱਜਣੋ ਆਫਰ ਲਾਤੀ ਅੱਜ ਗਿਆਨੀ ਨੇ। ਸਤਿ ਸ਼੍ਰੀ ਅਕਾਲ ਜੀ, ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ। ਲੈ ਸੱਜਣੋ ਅੱਜ ਦੀ ਵੀਡੀਓ ਆਪਾਂ ਫੇਰ ਬਣਾਉਣ ਲੱਗੇ ਆ ਪਿੰਡ ਕੱਟੂ ਤਹਿਸੀਲ ਤੇ ਜ਼ਿਲ੍ਹਾ ਰਾਜਾ ਨਾਲ ਸੱਜਣਾ ਨੂੰ ਜੇ ਗੱਲ ਕਰ ਲਈਏ ਬਰਨਾਲਾ, ਕਿਉਂਕਿ ਇਸ ਘਰ ਦੇ ਵਿੱਚ ਆਪਾਂ ਦੂਸਰੀ ਵਾਰ ਲੱਗੇ ਆ ਸੱਜਣੋ। ਵੀਡੀਓ ਕਵਰ ਕਰਨਾ ਕੰਮ ਬਾਈ ਦਾ, ਵਪਾਰ ਦਾ, ਤੇ ਨਾਲ ਨਾਲ ਜੇ ਮੈਂ ਗੱਲ ਕਰ ਲੈਣਾ ਸੱਜਣੋ ਬਾਈ ਦਾ ਕੰਮ ਹੈਗਾ ਡੈਰੀ ਦਾ, ਦੁੱਧ ਦੀ ਡੈਰੀ ਦਾ ਵੀ ਕੰਮ ਕਰਦਾ ਬਾਈ ਤੇ ਨਾਲ ਨਾਲ ਕਰਦਾ ਵਪਾਰ ਦਾ ਵੀ ਕੰਮ। ਤੇ ਅੱਜ ਬਾਈ ਨਾਲ ਕਰਾਉਂਦੇ ਆ ਗੱਲਬਾਤ, ਕੱਲਾ ਕੱਲਾ ਜਾਨਵਰ ਖੋਲ ਕੇ ਦਿਖਾਵਾਂਗੇ ਤੋਰ ਕੇ, ਤੇ ਰੇਟ ਵੀ ਸੱਜਣੋ ਅੱਜ ਦੀ ਵੀਡੀਓ ਦੇ ਵਿੱਚ ਹੀ ਹੋਣਗੇ ਸਾਰੇ ਜਾਨਵਰਾਂ ਦੇ। ਆ ਜਾਓ ਜੀ। ਹੋਰ ਬਾਈ ਜੀ ਕੀ ਹਾਲ? ਵਧੀਆ ਵੀਰੇ, ਵਧੀਆ, ਠੀਕ ਠਾਕ ਹੈ? ਹਾਂ ਵੀਰੇ, ਬਹੁਤ ਚੱਲਦਾ ਕੰਮ ਕਰ? ਪੂਰਾ ਵਧੀਆ ਵੀਰੇ। ਹਾਂ ਕੰਮ ਕਰ ਬਾਈ, ਕਹਿੰਦਾ ਚੰਗਾ ਚੱਲਦਾ, ਇਹੀ ਗੱਲ ਨਹੀਂ। ਆਹ ਵੈਡ ਤੋਂ ਕਰ ਲਈ ਸਟਾਰਟ ਆਪਾਂ? ਹਾਂ ਵੀਰੇ ਜੀ, ਆ ਖੋਲ ਲਓ ਇਹਨੂੰ ਨਾਲ ਨਾਲ ਹੀ ਡਿਟੇਲ ਲਾ ਦਿਓ ਬਾਈ। ਕਿਹੜਾ ਸੂਆ ਸੁਣਦੀ ਆ ਇਹ? ਇਹ ਭਰਾ ਵੀਰੇ ਦੂਜਾ ਸੂਆ ਸੁਣਦੀ ਆ। ਦੰਦਾਂ 'ਚ ਕਿਵੇਂ ਆ ਜੀ? ਦੰਦਾਂ 'ਚ 4 ਦੰਦ ਆ ਭਰਾ। ਅੱਛਾ ਜੀ, ਹਾਂ ਲੈ ਸੱਜਣੋ ਦੰਦਾਂ 'ਚ ਹੈਗੀ ਆ ਬਾਈ, ਕਹਿੰਦਾ ਓਏ 4 ਦੰਦ ਦੂਜਾ ਸੂਆ ਸੁਣਦੀ ਆ। ਤੇ ਕੱਦ ਵਿੱਢ ਦੀ ਗੱਲ ਕਰ ਲਈਏ, ਕੱਦ ਵਿੱਢੇ ਦਾ ਹੈਗਾ ਲਾਜਵਾਬ ਆ ਸੱਜਣੋ। ਥਣ ਥਣੋਟ ਵੀ ਐਂ ਲੱਗਿਆ ਪੂਰਾ ਟੌਪ ਦਾ, ਤੇ ਲੱਗਿਆ ਵੀ ਯਾਰ ਦੂਰੀ ਤੇ ਆ। ਲੈ ਇੱਥੇ ਤਾਂ ਦਿਖਾ ਦਿੰਦੀ, ਦੱਸੋ ਇੱਥੇ ਤੋਂ ਕੱਦ ਕਾਠ ਦਾ ਅੰਦਾਜ਼ਾ ਹੋ ਜਾਊਗਾ। ਲਿਆ ਬਾਈ ਲਿਆ ਇਹਨੂੰ। ਤੇ ਮੇਨ ਗੱਲ ਆ ਸੱਜਣੋ ਹੈਗੀ ਵੀ ਵੱਛੀ ਯਾਰ ਥੋੜੀ ਜਿਹੀ ਕ੍ਰੋਸ ਪੰਚ ਆ, ਗਰਮੀ ਚੱਲਣ ਵਾਲੀ ਆਈਟਮ ਆ। ਦਿਨ ਕਿੰਨੇ ਕ ਕੱਢ ਦੂ ਬਾਈ ਇਹ? ਦਿਨ ਬਾਈ ਇਹ ਹਫਤਾ ਕ ਰਹਿੰਦਾ। ਅੱਛਾ, ਹਫਤਾ ਕੱਢ ਦੂ? ਹਾਂ, ਪਲੂਨ ਨੇ 26-27 ਕਿਲੋ ਦੁੱਧ ਖੁੱਲਾ ਖੁੱਲਾ ਦਿੱਤਾ ਹੋਇਆ। ਅੱਛਾ, ਇੱਕ ਹਫਤੇ ਦੀ ਕੱਚੀ ਆ। ਹਾਂ, ਅਗਲੇ ਬੰਨੇ ਦਿਖਾ ਦੀ, ਦੱਸ ਇਧਰੋਂ ਥਣ ਥਣੋਟ ਇਹ ਅਗਲੇ ਬੰਨੇ ਦਿਖਾ ਦੇ ਥਣ ਥਣੋਟ, ਇਹਦਾ ਐਨ ਪੂਰਾ ਮੋਟਾ ਲੱਗਿਆ। ਜੇ ਗੱਲ ਕਰ ਲਈਏ ਲੱਗਿਆ ਵੀ ਦੂਰਾ ਥਾਣਾ, ਤੇ ਲੱਗਿਆ ਵੀ ਸੱਜਣੋ ਮੈਸਾਂ ਵਾਲਾ ਕੰਮ ਆ, ਮੈਸਾਂ ਵਾਲਾ ਥਣ ਥਣੋਟੇ ਲੱਗਿਆ। ਜੇ ਗੱਲ ਕਰ ਲਈਆ ਇਹਨੂੰ ਕਰਦੇ ਮਾੜਾ ਜਾ ਇਹਨੂੰ ਸ਼ੂਕੀ ਨੂੰ ਇੱਧਰ ਲੈ ਆ। ਤੇ ਮੇਨ ਗੱਲ ਆ ਯਾਰ ਠੰਡੀ ਸੀਲ ਬਹੁਤ ਆ ਨਾ। ਠੰਡੀ ਸੀਲ ਭਰਾ ਮੇਰਾ ਫੁੱਲ ਆ, ਜਿਵੇਂ ਮਰਜ਼ੀ ਜਾਂ ਜਵਾਕ ਬਹਿ ਜੇ ਬੇੜੀ ਥੱਲੇ। ਅੱਛਾ ਜੀ, ਹਾਂ ਆ ਤੁਹਾਡੇ ਸਾਹਮਣੇ ਆ ਦੇਖ ਲਓ। ਤੇ ਹੈਗੀ ਵੀ ਬਾਈ ਬਾਡੀ ਵਾਲੀ ਆ। ਹਾਂ ਬਾਡੀ ਵਾਲੀ ਬੈਠਾ ਵੀਰੇ, ਬਾਡੀ ਤਾਂ ਨਜਾਇਜ਼ ਹੀ ਵਸੀ ਦਿੱਤੀ ਆ। ਬਾਡੀ ਵੀ ਚੰਗੀ ਆ, ਬਾਕੀ ਝੋਲੀ ਝਾਲੀ ਬਸੀ ਬਹੁਤ ਬਣਦੀ ਪਈ ਆ। ਕੱਦ ਕਾਠ ਵੀ ਚੰਗਾ ਯਾਰ ਇੱਥੇ, ਤੁਸੀਂ ਮੇਰੇ ਕੱਦ ਤੋਂ ਇਹਦੇ ਸੱਜਣੋ ਕੱਦ ਦਾ ਅੰਦਾਜ਼ਾ ਵੀ ਲਾ ਸਕਦੇ ਹੋ। ਇਹਦੇ ਕਿੰਨੇ ਪੈਸੇ ਲਵਾਏਗੇ? ਇਹਦਾ ਵੀਰੇ 75,000 ਰੁਪਇਆ ਭਾਅ ਕਰਦੇ ਆ। ਕਿੰਨੇ ਦੀ ਛੱਡ ਦਾਂਗੇ? 72,000 ਰੁਪਇਆ ਦੇ ਦਾਂਗੇ ਵੀਰੇ, ਮੇਰੇ 72 ਦੀ ਦੇ ਦਾਂਗੇ। ਹਾਂ 72, ਮਾਨਤਾਨ ਕਰਾਂਗੇ। ਹਾਂ 72 ਮਾਨਤਾਨ ਕਰਾਂਗੇ ਵੀਰੇ। ਮੱਖੀ ਜਾ ਰਿਹਾ ਥੋੜੀ ਜੂਰੇ ਹੈ ਨਾ। ਹਾਂ ਭਰਾ, ਮੱਖੀ ਆ ਵੱਛੀ ਤੇ ਮਾਰਦੇ ਹੁਣ ਕੈਮਰਾ। ਇਹ ਵੀ ਤੋਰ ਦੇ ਖੋਲ ਕੇ ਬਾਈ, ਇਹ ਥੋੜਾ ਜਿਹਾ ਜਰਸੀ 'ਚ ਪੈਂਦੀ ਆ ਹਨਾ। ਹਾਂ ਵੀਰੇ, ਮੇਰੇ ਜਰਸੀ 'ਚ ਆ ਗਈ। ਹਾਂ ਇਹ ਆ ਗਈ ਜਰਸੀ ਨਸਲ 'ਚ, ਤੇ ਕਲਰ ਹੈਗਾ ਬਾਈ ਇਹਦਾ ਬਲੈਕ। ਜੈਡ ਬਲੈਕ ਵੀਰੇ। ਇਹ ਕਿਹੜਾ ਸੂਆ ਸੁਣਦੀ ਆ ਬਾਈ? ਇਹ ਦੂਜਾ ਸੂਆ ਸੁਣਦੀ ਆ ਭਰਾ ਮੇਰੇ। ਇਹ ਕਿੰਨੇ ਕੁ ਦਿਨ ਕੱਢਦੀ ਆ? ਇਹਦੇ ਹਫਤਾ ਕੁ ਬਾਕੀ ਆ ਵੀਰੇ ਮੇਰੇ। ਅੱਛਾ, ਇੱਕ ਹਫਤਾ ਇਹਦਾ ਹਜੇ ਬਾਕੀ ਆ? ਹਾਂਜੀ। ਹਾਂ ਲੈ ਸੱਜਣੋ ਹਫਤਾ ਇਹਦਾ ਬਾਕੀ ਆ। ਤੇ ਮੇਨ ਗੱਲ ਆ ਜਿਹੜੀ ਯਾਰ ਬੱਚੀ ਸ਼ਕੀਨ ਸ਼ਕੂਨ ਸ਼ਕੀਨ ਵਾਲੀ ਆ ਭਰਾ, ਤੋਰੇ ਤਾਰੇ ਦੀ ਫੁੱਲ ਸ਼ਕੀਨ ਬੱਸੀ ਆ। ਹਾਂ ਸ਼ਕੀਨ ਸ਼ਕੂਨ ਬਹੁਤ ਆ, ਕਿਉਂਕਿ ਹਜੇ ਇਹ ਕੱਢਦੀ ਆ ਦਿਨ ਉਹ ਹਿਸਾਬ ਨਾਲ, ਹਜੇ ਇਹ ਲੇਵਾ ਤਿਆਰ ਕਰੂਗੀ, ਕਿਉਂਕਿ ਕਈ ਪਸ਼ੂ ਯਾਰ ਟਾਈਮ ਤੇ ਜਾ ਕੇ ਤਿਆਰ ਹੁੰਦੇ ਆ ਨੇੜੇ ਜਾ ਕੇ। ਇਹਦਾ ਦੁੱਧ ਕਿੰਨਾ ਕੁ ਦੱਸਿਆ ਪਹਿਲੇ ਸੂਏ? ਇਹਨੇ ਬਾਈ 13 ਕਿਲੋ ਦੁੱਧ ਕੱਢਿਆ। ਠੰਡੀ ਸੀਲੇ ਵੀ ਫੁੱਲ ਆ, ਜਿਵੇਂ ਮਰਜ਼ੀ ਲੈ, ਐ ਨਹੀਂ ਹੈਗਾ ਬੱਸੀ ਵਗਰ ਥਣ ਥੂਣ ਦੇਖਦੇ ਪੂਰਾ ਐ ਸੋਹਣਾ ਥਣਕ ਲੱਗਿਆ ਗੁੱਲੇ ਵਾਲਾ। ਹਾਂ ਠੰਡੀ ਸੀਲੇ ਵੀ ਪੂਰੀ ਆ। ਇਹਦੇ ਕਿੰਨੇ ਪੈਸੇ ਲਵਾਏਗਾ? ਨਹੀਂ ਇਹ ਦੇ ਲੈਣੇ ਮੇਰੇ 32,000 ਰੁਪਏ ਸਿਰਫ। ਅੱਛਾ, ਇਹਦਾ ਸਿਰਫ 32,000? 32,000 ਰੁਪਏ। ਹਾਂ ਲੈ ਸੱਜਣੋ ਆਫਰ ਲਾਤੀ ਅੱਜ ਗਿਆਨੀ ਨੇ, ਕਹਿੰਦਾ ਯਾਰ ਮੈਂ ਇਹਨੂੰ ਬਾਈ ਨੂੰ ਕਹਿ ਕੇ ਵੀ ਗਿਆ ਸੀ, ਮੈਂ ਇੱਕ ਅੱਧੀ ਨਾ ਯਾਰ ਛੋਟੇ ਰੇਟ ਵਾਲੀ ਲਿਆ ਕਰ ਹਨਾ। ਛੋਟੇ ਰੇਟ ਵਾਲੇ ਸੱਜਣ ਵੀ ਫੋਨ ਕਰਦੇ ਰਹਿੰਦੇ, ਇਧਰਲੇ ਬੰਨੇ ਦਿਖਾ ਦੇ ਦਰਸ ਆ ਕੇ, ਇਧਰੋਂ ਦਿਖਾ ਦੇ, ਮਤਲਬ ਸ਼ਕੀਨ ਸ਼ਕੂਨ ਕਿੰਨੀ ਆ ਹਨਾ ਬੱਚੀ ਦਿਖਾ ਦੇ ਹਰੇਕ ਪੱਖ ਤੋਂ, ਕਿਉਂਕਿ ਜਿਹੜਾ ਇਹਦਾ ਰੇਟ ਆ ਯਾਰ, ਰੇਟ ਵੀ 32,000 ਮੇਰੇ ਹਿਸਾਬ ਨਾਲ ਕੋਈ ਬੜਾ ਜ਼ਿਆਦਾ ਰੇਟ ਨਹੀਂ ਹੈਗਾ, ਜਿਹੜੇ ਹਿਸਾਬ ਨਾਲ ਇਹਦੀ ਬਾਡੀ ਬੂਡੀ ਆ, ਸ਼ਕੀਨੀ ਸ਼ਕੂਨੀ ਆ ਇਹਦੀ, ਤੇ 32 ਚੋਂ ਵੀ ਛੋਟ ਛੱਪਾ ਮਾਨ ਕਰਦਾ ਵੀਰੇ। ਹਾਂ ਮਾਨਤਾਂ ਕਰਦਾ। ਹਾਂ ਹੁਣ ਖੋਲ ਲਿਆ ਬਾਈ, 3 ਨੰਬਰ ਆਈ ਡੱਬੀ, ਉਹਦੀ ਡਿਟੇਲ ਵੀ ਦੱਸ ਦਾਂਗੇ ਨਾਲ ਨਾਲ। ਇਹ ਇਹਦਾ ਇਹਦਾ ਕੀ ਸੀ ਨਾ ਡੱਬੀ ਦਾ? ਇਹ ਕਿਹੜਾ ਸੂਆ ਸੂਰੀ? ਇਹ ਭਰਾ ਮੇਰਾ ਤੀਜਾ ਸੂਆ ਸੂਰੀ ਆ। ਅੱਛਾ ਜੀ, ਠੀਕ ਹੈ। ਇਹਨੇ ਕੱਢਿਆ 19 ਕਿਲੋ ਦੁੱਧ। ਕਿੰਨਾ ਜੀ? 19 ਲੀਟਰ ਦੁੱਧ ਕੱਢਿਆ ਪਿਛਲੇ ਸੂਏ ਮਾਰਕਾਂ ਦੇ ਮੁਤਾਬਕ। ਇਹ ਇਹ ਆ ਗਈ, ਮਤਲਬ ਇਹ ਮਾਰਕਿੰਗ ਜੀ ਚ ਆ ਗਈ ਹੈ ਨਾ? ਹਾਂ ਮਾਰਕਿੰਗ ਚ ਆ ਗਈ ਬਾਈ।
ਤੇ ਬਾਕੀ ਜੇ ਗੱਲ ਕਰ ਲਾਂ ਸੱਜਣਾ, ਜਾਨਵਰ ਤਿੰਨੀ ਬਾਈ ਦੇ ਕ੍ਰੋਸ ਚ ਪੈਂਦੇ ਨੇ, ਗਰਮੀ ਵਾਲੇ ਜਾਨਵਰ ਨੇ। ਇਹ ਆ ਗਈ, ਇਹਦਾ ਕੱਦ ਕਾਠ ਨਹੀਂ ਹੈਗਾ ਬੜਾ ਜ਼ਿਆਦਾ ਵੱਡਾ, ਹੁਣ ਬੱਤ ਕੱਦ ਚ ਆ ਗਈ, ਦਰਮਿਆਨੀ ਵੇੜ ਆ ਗਈ ਵੀਰ ਮੇਰੇ। ਇਹ ਆ ਗਈ ਦਰਮਿਆਨੇ ਕੱਦ ਕਾਠ ਚ, ਪਰ ਥਣ ਥਣੋਟ ਇਹਨੂੰ ਵੀ ਚੰਗਾ ਲੱਗਿਆ ਬਾਈ, ਤੇ ਇਹ ਵੀ ਥੋੜੀ ਕ੍ਰੋਸ ਦੇ ਵਿੱਚ ਆ ਗਈ, ਇਹ ਵੀ ਗਰਮੀ ਵਾਲੀ ਚੀਜ਼ ਆ। ਇਹ ਦਿਨ ਕਿੰਨੇ ਕ ਕੱਢ ਦੂ ਬਾਈ? ਇਹ ਭਰਾ ਇਹਦੇ ਪਏ ਆ 15 ਦਿਨ। ਅੱਛਾ, ਇਹ 15 ਦਿਨ ਦੀ ਕੱਚੀ ਆ? ਹਾਂ 15 ਦਿਨ ਕੱਢਦੀ ਆ। ਇਹਦੇ ਕਿੰਨੇ ਪੈਸੇ ਲਵਾਂਗੇ ਬਾਈ? ਇਹਦਾ ਭਰਾ ਮੇਰਾ ਸੌਦਾ ਚੱਲਦਾ ਸੀ, ਤੁਹਾਡੇ ਖੜੇ ਤੋਂ ਵੀ 2-3 ਵਾਰੀ ਫੋਨ ਆ ਗਿਆ। ਠੀਕ ਆ ਗੱਲ ਵੀਰ, ਆਪਾਂ ਰਾਤ ਲਈ ਸੀ ਬੱਸੀ ਇਹ। ਹਾਂਜੀ ਬਾਈ ਨੇ ਵੀਡੀਓ ਮੰਗਾਈ ਸੀ। ਠੀਕ ਆ ਜੀ, ਤੇ ਉਹ ਦੇਖਣ ਆਉਣਗੇ ਵੀਰ, ਮੇਰਾ ਸੌਦਾ ਚੱਲੀ ਜਾਂਦਾ। ਅੱਛਾ ਹਾਂ, ਨਾ ਚੱਲੇ ਕੋਈ ਗੱਲੇ ਆਪਾਂ ਦੱਸ ਦਾਂਗੇ। ਅੱਛਾ, ਨਾ ਬਣੀ ਗੱਲ ਤਾਂ ਫਿਰ ਇਹਦਾ ਫੋਨ ਤੇ ਦੱਸ ਦਾਂਗੇ। ਹਾਂ ਫੋਨ ਤੇ ਦੱਸ ਦਾਂਗੇ। ਹਾਂ ਹੁਣ ਇਹ ਤੇ ਮਾਰਦੇ ਦੱਸ ਕੈਮਰਾ ਓਏ, ਆ ਵੀ ਕ੍ਰੋਸ ਪੰਚ ਆ ਗਈ, ਇਹ ਵੀ ਤੋਰ ਦੂ ਜੀ ਖੋਲ ਕੇ। ਇਹਦਾ ਸੂਆ ਕਿਹੜਾ ਬਾਈ? ਇਹ ਆ ਤੀਜਾ ਸੂਆ ਜੀ। ਇਹ ਕਿੰਨੇ ਕਿ ਦਿਨ ਕੱਢਦੀ ਆ? ਇਹ ਤਾਂ ਬਸ ਆਹੀ ਬਾਈ 7-8 ਦਿਨ ਰਹਿੰਦੇ ਆ ਬੱਸੀ ਦੇ। ਅੱਛਾ, ਇਹਦੇ 7-8 ਦਿਨ ਰਹਿੰਦੇ। ਬਾਕੀ ਜੇ ਗੱਲ ਕਰ ਲਈਏ ਹੁਣ ਬਾਈ, ਸੂਆ ਸਮਾਰਾ ਡੰਗਲ ਥੋੜਾ ਜਿਹਾ ਘੱਟ ਨਿਕਲਦਾ ਹਨਾ? ਹਾਂਜੀ ਹਾਂ, ਆ ਸੂਆ ਹੋਇਆ ਜਾਨਵਰ ਸੱਜਣੋਂ ਘੱਟ ਨਿਕਲਦਾ। ਬਾਕੀ ਵਪਾਰੀ ਵੀਰ ਥੋੜਾ ਜਿਹਾ ਨਾ ਸੂਣ ਵਾਲਾ ਜਾਨਵਰ ਲੈ ਕੇ ਜਾਦੇ ਖੁਸ਼ ਹੁੰਦੇ ਨੇ, ਕਿਉਂਕਿ ਸੂਣ ਵਾਲਾ ਜਾਨਵਰ ਹੁੰਦਾ ਜਿਹੜਾ ਜੀ ਭਰਾ, ਮੇਰਾ ਮਾਲਕ ਨੂੰ ਬਹਿਮ ਨਹੀਂ ਰਹਿੰਦਾ ਕੋਈ, ਇਹ ਮਾਲਕ ਡਰੀ ਜਾਂਦਾ ਸੂਏ ਚ ਬਈ ਬੱਚਾ ਲਾਤਾ ਹੋਵੇ ਬਾਹਲੇ ਚਿਰ ਦੀ ਨਾ ਸੂਈ ਹੋਵੇ। ਅੱਛਾ, ਇਹ ਖਰੀ ਸਾਹਮਣੇ ਆ ਜਾਂਦੀ ਆ। ਹੈ ਠੀਕ, ਇਹ ਵੀ ਯਾਰ ਇਹਦਾ ਇੱਕ ਪਲੱਸ ਪੁਆਇੰਟ ਆ ਇਹ ਕੰਮ ਦਾ ਹਨਾ? ਹਾਂਜੀ ਹਾਂ। ਲੈ ਸੱਜਣੋ, ਇਹ ਵੀ ਬਾਈ ਨੇ ਯਾਰ ਇੱਕ ਨਵੀਂ ਗੱਲ ਦੱਸੀ ਹੈ ਵੀ ਜਿਹੜੀ ਸੂਈ ਹੋਈ ਹੁੰਦੀ ਆ ਯਾਰ, ਕਿਉਂਕਿ ਬੈੜਾਂ ਦਾ ਯਾਰ ਬਾਲਾ ਬਾਈ ਕਹਿੰਦਾ ਪਤਾ ਨਹੀਂ ਲੱਗਦਾ ਹੁੰਦਾ ਹਨਾ ਬਾਈ। ਹਾਂਜੀ ਹਾਂ, ਆ ਮੰਡੀਆਂ ਮੁੰਡੀਆਂ ਤੇ ਅਕਸਰ ਸਿਸਟਮ ਹੋ ਜਾਂਦਾ ਹੁੰਦਾ ਬੈੜਾਂ ਦਾ, ਜਿਆਦਾ ਪਤਾ ਨਹੀਂ ਲੱਗਦਾ ਬੱਚੇ ਬੁੱਚੇ ਵਾਲਾ ਕੰਮ, ਉਹ ਤਾਂ ਕਰਕੇ ਬਾਈ ਕਹਿੰਦਾ ਯਾਰ ਆਪਾਂ ਮਤਲਬ ਗੱਬਣੇ ਲੈਣੇ ਹੁੰਦੇ ਆ। ਮੇਰਾ ਥਣ ਸੁਣੀ ਬਹੁਤ ਸੋਹਣਾ ਲੱਗਿਆ। ਹਾਂਜੀ, ਜੇ ਮਰਜ਼ੀ ਦੇ ਬੈਠੀ ਆ ਥੱਲੇ। ਹਾਂ, ਉਹ ਬਾਈ ਕਹਿੰਦਾ ਯਾਰ ਆਪਾਂ ਲੈਣੇ ਹੁੰਦੇ ਆ ਗੱਬਣ ਪਸ਼ੂ, ਕਿਉਂਕਿ ਗੱਬਣ ਦਾ ਆਪਣੇ ਸਾਹਮਣੇ ਦਾ ਸੂ ਆ ਯਾਰ, ਉਹਦੀ ਤਸੱਲੀ ਹੋ ਜਾਂਦੀ ਹੈ ਨਾ। ਹਾਂਜੀ ਹਾਂ, 40 ਦੇ ਫੁੱਲ ਪਈ ਆ ਹਜੇ। ਇਹਦੇ ਕਿੰਨੇ ਪੈਸੇ ਲਵਾਂਗੇ? ਇਹ ਦੇਣ ਲੈਣ ਵੀਰੇ 45,000 ਰੁਪਇਆ। ਦੇਣ ਲੈਣ 45,000 ਰੁਪਇਆ? ਹਾਂ, ਕਰ ਦਾਂਗੇ ਮਾਨਤਾ ਨਾ। ਹਾਂ ਮਾਨਤਾ ਕਰਾਂਗੇ ਵੀਰੇ। ਇਹ ਕਿੰਨਾ ਕ ਦੁੱਧ ਪਾਦੂ ਬਾਈ? ਇਹ ਦੇ ਦੂ ਬਾਈ 18-19 ਕਿਲੋ ਦੁੱਧ ਦਸਮ ਤਾਪ ਕਾ। ਬੜੀ ਜਿਆ ਕੱਦ ਕੱਢ ਦੇਖ ਲਾ, ਬਹੁਤ ਵੱਡ ਬੰਦਾ। ਕੱਦ ਵੱਡ ਬਹੁਤ ਆ, ਉੱਤੋਂ ਬਾਡੀ ਬੁੱਡੀ ਵੀ ਬਹੁਤ ਆ ਹੀ ਜੀ। ਹਾਂ, ਜਾਨ ਪ੍ਰਾਣ ਬਹੁਤ ਆ ਬੜੀ ਜਿਆ। ਇਹਦਾ ਇਹ ਚ ਕਰ ਦਾਂਗੇ ਮਾਨਤਾ। ਹਾਂ ਮਾਨਤਾ ਕਰ ਦਾਂਗੇ। ਹਾਂ, ਨੰਬਰ ਬੋਲ ਦੋ ਜੀ ਆ ਜੋਰਾ। ਮੋਬਾਈਲ ਨੰਬਰ ਵੀਰੇ ਆਪਣਾ 78-890 ਹਾਂਜੀ 97-305। ਰੂਟੀਨ ਚ ਹੁੰਦੇ ਜਾਨਵਰ ਆਪਣੇ ਕੋਲ? ਹਾਂ ਰੂਟੀਨ ਚ ਵੀਰੇ, ਜਦੋਂ ਮਰਜ਼ੀ ਉਹ 5-4 ਜਾਨਵਰ ਆਪਣੇ ਕੋਲ ਹੁੰਦੀ ਹੈ। ਗਾਵਾਂ ਦੀ ਕੰਮ ਕਰਦੇ? ਗਾਵਾਂ ਦਾ ਕੰਮ ਕਰਦੇ। ਲੈ ਸੱਜਣੋ, ਇਸ ਏਰੀਆ ਵਾਲੇ ਸੱਜਣ ਜਾਂ ਹੋਰ ਕੋਈ ਵੀ ਸੱਜਣ ਯਾਰ ਬਾਈ ਨਾਲ ਸੰਪਰਕ ਕਰ ਸਕਦਾ। ਰੂਟੀਨ ਦੇ ਵਿੱਚ ਤੁਹਾਨੂੰ 4-5 ਪਸ਼ੂ ਇਸ ਘਰ ਦੇ ਵਿੱਚ ਮਿਲਣਗੇ। ਲੈ ਇੱਕ ਵਾਰੀ ਆਪਾਂ ਆ ਗਾਂ ਹੋਰ ਤੋਰ ਕੇ ਦਿਖਾ ਦਿੰਦੇ ਆ। ਆ ਬੈਠ ਕੇ ਰਾਂ ਹੋਰ ਤੋਰ ਦੇ, ਤੋਰ ਦਿੰਦੀ। ਹਾਂ, ਇਹ ਬੈਠ ਕੇ ਰਾਂ ਹੋਰ ਤੋਰ ਦੇ ਬਾਈ, ਕਰਾ ਦੇ ਤਸੱਲੀ ਦੇਖਣ ਵਾਲਿਆਂ ਦੀ। ਬਾਕੀ ਜਾਨਵਰ ਸਾਰੇ ਚੰਗੇ ਨੇ ਬਾਈ ਕੋਲੇ। ਤੇ ਇੱਕ ਗੱਲ ਹੋਰ ਆਖੂੰਗਾ ਵੀ ਜਿਹੜੇ ਸੱਜਣਾ ਨੇ ਜਾਨਵਰ ਲੈਣਾ ਹੁੰਦਾ, ਉਹਨਾਂ ਨੇ ਲੈਣਾ ਹੁੰਦਾ ਬਾਈ ਆਪਦੀ ਸਮਝ ਨਾਲ, ਆਪਦੀ ਨਿਰਖ ਪਰਖ ਨਾਲ, ਆਪਦੀ ਤਸੱਲੀ ਨਾਲ। ਕਿਉਂ ਬਾਈ? ਹਾਂਜੀ ਹਾਂ, ਲੈਣ ਵਾਲੇ ਸੱਜਣ ਨੇ ਆਪਦੀ ਸਮਝ ਨਾਲ ਲੈਣਾ, ਆਪਦੀ ਨਿਰਖ ਪਰਖ ਨਾਲ ਲੈਣਾ। ਕਿਉਂਕਿ ਕਈ ਸੱਜਣ ਦਾ ਯਾਰ ਫੋਨ ਕਰ ਲੈਂਦੇ ਨੇ, ਇੱਕ ਸੱਜਣ ਦਾ ਰਾਤ ਵੀ ਫੋਨ ਆਇਆ ਤੇ ਮੈਨੂੰ ਐ ਲੱਗਿਆ ਜਿਵੇਂ ਬਾਈ ਯਾਰ ਉਹਦੀ ਬਾਈ ਦੀ ਹਨਾ ਡਰਿੰਕ ਕਰੀ ਹੋਈ ਹੋਵੇ। ਹਾਂ ਭਰਾ ਮੇਰੇ ਆ ਜਾਂਦੇ ਆ, ਇੱਕ ਵੀਰ ਮੇਰੇ ਆਪਾਂ ਨੂੰ ਵੀ ਪਿਛਲੀ ਵੀਡੀਓ ਤੇ ਬੰਦਾ ਮਿਲਿਆ, ਤੁਸੀਂ ਦੇਖਿਆ ਵੀ ਕਿੱਡੀ ਵਹਿਰਤੀ ਉਹ। ਉਹ ਕਹਿੰਦਾ ਬਾਈ 15 ਕਿਲੋ ਤੋਂ ਵੱਧ ਦੁੱਧ ਨਹੀਂ ਦਿੰਦੀ ਬੱਸੀ ਤੇਰੀ। ਹਾਂ, ਕਈ ਸੱਜਣ ਯਾਰ ਬਾਈ ਲੱਗ ਜਾਂਦੇ ਨੇ ਕਰਨ, ਹਾਂ ਮੈਂ ਡਰਿੰਕ ਕਰ। ਆਪਾਂ ਜਦੋਂ ਉਹਨੂੰ ਕਿਹਾ ਵੀਰ ਕੋਈ ਗੱਲ ਨਹੀਂ, ਤੇਰੀ ਆਪਣੀ ਸਮਝ ਆ, ਮੋੜ ਕੇ ਖੜਾ ਲਾ ਉਹਨਾਂ ਨੂੰ ਵੀ ਤੇਰੀ ਆਪਦੀ ਸਮਝ ਆ। ਹਾਂਜੀ ਹਾਂਜੀ, ਤੇ ਉਸ ਤੋਂ ਬਾਅਦ ਉਹ ਇਹ ਵੀ ਗੱਲ ਕਹਿਣ ਲੱਗਿਆ, ਕਹਿੰਦਾ ਵੀ ਮੈਂ 1,000 ਰੁਪਇਆ ਪਾ ਦਿੰਦਾ। ਮੈਂ ਕਿਹਾ ਵੀ 50,000 ਰੁਪਇਆ ਪੰਚਾਇਤ 'ਚ ਧਰ ਲਾ, ਜਿਹਦਾ ਬੱਸੀਆਂ 30 ਕਿਲੋ ਦੁੱਧ ਕੱਢਦਾ ਤਾਂ 1,00,000 ਲੈ ਜੀ ਜਾ ਕੇ, ਨਹੀਂ ਤੇਰਾ 50 ਗਿਆ। ਕਹਿੰਦਾ ਵੀਰੇ 50 ਨਹੀਂ, ਮੈਂ ਤਾਂ 1,000 ਰੁਪਏ ਜਾਣਾ। ਮੈਂ ਵੀਰੇ 1,000 ਲੱਖਾਂ ਸ਼ਬਦ। ਹਾਂ, ਜਿਵੇਂ ਸੱਜਣੋ ਨਾ ਆਪਾਂ ਨੂੰ ਬਾਈ ਨੇ ਫੋਨ ਕਰਿਆ, ਤਰਸ ਵੀ ਨਾਲ ਹੀ ਸੀਗਾ। ਉਹ ਬਾਈ ਕਹਿੰਦਾ ਯਾਰ ਬਾਈ ਤੂੰ ਐਂ ਕਰਦਾ ਨਾ ਹਨਾ, ਬਾਈ ਤੂੰ ਐਂ ਕਹਿ ਦੇਣਾ ਜਾਨਵਰ ਦੀ ਇੰਨੀ ਤਾਰੀਫ ਕਰਦਾ ਨਾ ਹਨਾ, ਉਹ ਗੱਲ ਯਾਰ ਗਲਤ ਹੋ ਜਾਂਦੀ ਹੈ ਵੱਡੇ ਭਾਈ ਹਨਾ। ਸਿਆਉਣੇ ਦੀ ਪਰਖ ਸੁਨਿਆਰ ਨੂੰ ਆ। ਤੁਸੀਂ ਮੰਨ ਲਓ ਯਾਰ ਹੁਣ ਜਿਵੇਂ ਆ ਤਾਂ ਆਪਣਾ ਤਰਸੀ ਦੱਸਦਾ ਹੁੰਦਾ, ਕਹਿੰਦਾ ਜਿਵੇਂ ਬਲੈਣ ਵਾਲਿਆਂ ਦੀ ਪ੍ਰਮੋਸ਼ਨ ਵੱਡੇ ਵੱਡੇ ਫਿਲਮੀ ਸਟਾਰੇ ਲਾਉਂਦੇ ਨੇ, ਟੂਥਪੇਸਟ ਦੀ ਲਾਉਂਦੇ ਨੇ ਬਾਈ। ਹਾਂਜੀ ਹਾਂ, ਲੈ ਟੂਥਪੇਸਟ 'ਚ ਕਹਿੰਦੇ ਵੀ ਕੈਂਸਰ ਦੇ ਸਾਲਟ ਵੀ ਨੇ, ਆਪਾਂ ਨੂੰ ਪਤਾ ਨਹੀਂ, ਸੁਣੀ ਆ ਗੱਲ ਇੱਕ। ਠੀਕ ਹੈ ਜੀ। ਹਾਂ ਚਲੋ, ਉਹ ਵੀ ਯਾਰ ਚੀਜ਼ ਦੀ ਤਾਰੀਫ ਕਰਦੇ ਨੇ, ਕਿਸੇ ਵੀ ਚੀਜ਼ ਦੀ ਐਡ ਲਾਉਂਦੇ ਨੇ। ਹਾਂ ਹਾਂ ਭਰਾ, ਮੈਂ ਕਹਿੰਦਾ ਬਾਈ ਯਾਰ ਤੁਸੀਂ ਉਹਨਾਂ ਨੂੰ ਵੀ ਲਾਇਆ ਕਰੋ ਫੋਨ ਯਾਰ, ਜਿਹੜੇ ਸੱਜਣ ਮੈਨੂੰ ਫੋਨ ਲਾ ਲੈਂਦੇ ਨੇ, ਵੀ ਉਹ ਯਾਰ ਵੱਡੇ ਬੰਦੇ ਨੇ, ਉਹਨਾਂ ਨੂੰ ਤੁਸੀਂ ਤਾਂ ਨਹੀਂ ਫੋਨ ਲਾਉਂਦੇ, ਮੇਰੇ ਵਰਗੇ ਨੂੰ ਤਾਂ ਲਾ ਲੈਂਦੇ ਹੋ ਵੀ ਯਾਰ ਇਹ ਛੋਟਾ ਬੰਦਾ ਹਨਾ, ਪੇਂਡੂ ਬੰਦਾ,
ਆਪਾਂ ਜ਼ਮੀਨੀ ਪੱਧਰ ਨਾਲ ਜੁੜੇ ਹੋਏ ਆ ਹਨਾ। ਹਾਂ ਵੀ ਕਿਰਪਾ ਕਰਕੇ ਬਾਈ ਯਾਰ ਜੇ ਫੋਨ ਲਾਉਣਾ ਵੀ ਹੁੰਦਾ ਮੈਨੂੰ ਕੋਈ ਗੱਲ ਵੀ ਕਹਿਣੀ ਹੁੰਦੀ ਯਾਰ, ਤੁਸੀਂ ਦਿਨ ਚ ਜਦੋਂ ਮਰਜ਼ੀ ਕਰ ਲਓ, ਮੈਂ ਹਰੇਕ ਦਾ ਫੋਨ ਸੁਣਦਾ ਹੁੰਦਾ ਬਾਈ, ਹਰੇਕ ਨਾਲ ਆਪਾਂ ਪਿਆਰ ਨਾਲ ਗੱਲ ਕਰਦੇ, ਚਾਹੇ ਆਪਾਂ ਨੂੰ ਕੋਈ ਆਪਾਂ ਗਲਤੀ ਬੋਲਦੇ ਚਾਹੇ ਮਾੜਾ ਵੀ ਬੋਲ ਜਾਂਦੇ, ਆਪਾਂ ਨੂੰ ਰਹਿਣਾ ਪਊਗਾ। ਪਰ ਵੀਰ ਬਣ ਕੇ ਨਾ ਡਰਿੰਕ ਕਰਕੇ ਫੋਨ ਨਾ ਕਰਿਆ ਕਰੋ, ਕਿਉਂਕਿ ਨਸ਼ੇ ਨੂੰ ਮੈਂ ਹੇਟ ਕਰਦਾ, ਨਾ ਮੈਂ ਆਪ ਡਰਿੰਕ ਕਰੀਏ ਜ਼ਿੰਦਗੀ 'ਚ, ਨਾ ਮੈਂ ਕੋਈ ਨਸ਼ਾ ਕਰਦਾ, ਕਿਉਂਕਿ ਨਸ਼ੇ ਵਾਲਾ ਬੰਦਾ ਯਾਰ ਮੈਨੂੰ ਚੰਗਾ ਨਹੀਂ ਲੱਗਦਾ। ਕਿਰਪਾ ਕਰਕੇ ਹੱਥ ਜੋੜ ਕੇ ਬੇਨਤੀ ਆਓ ਬਾਈ ਨੂੰ ਵੀ ਯਾਰ ਸ਼ਾਮ ਨੂੰ ਮਤਲਬ ਕਿ ਪੈਗ ਲਾ ਕੇ ਹਨਾ ਡਰਿੰਕ ਕਰਕੇ ਵੀ ਸਿੱਖਿਆ ਨਾ ਦਿਆ ਕਰੋ। ਦਿਨ 'ਚ ਤੁਸੀਂ ਮੈਨੂੰ ਜਦੋਂ ਮਰਜ਼ੀ ਜਿਹੜੀ ਵੀ ਗੱਲ ਆਖੋਗੇ, ਆਪਾਂ ਤੁਹਾਡੇ ਛੋਟੇ ਭਾਈ ਆਪਦੇ ਆਪ ਨੂੰ ਸਮਝ ਕੇ ਤੁਹਾਡੀ ਗੱਲ ਦੇ ਆਖੇ ਲੱਗਾਂਗੇ ਨਾ। ਹਾਂ ਗੱਲ ਆਪਾਂ ਤੁਹਾਡੀ ਸੁਣਾਂਗੇ ਯਾਰ, ਇਹੀ ਜੀ ਗੱਲ ਨਹੀਂ, ਪਰ ਡਰਿੰਕ ਕਰਕੇ ਯਾਰ ਫੋਨ ਬਾਈ ਬਣ ਕੇ ਨਾ ਲਾਇਆ ਕਰੋ। ਇਹ ਬੈਡ ਬਾਈ ਚਾਰ ਦੰਦ ਦੂਜਾ ਸੂਆ ਸੀ ਹਨਾ। ਹਾਂਜੀ ਹਾਂ, ਇਹਦੀ ਵੀ ਕੁਆਲਿਟੀ ਕਵੂਲਿਟੀ ਚੰਗੀ ਸੀ, ਮੈਂ ਤਾਂ ਤਰਾਈ ਸੀ ਦੁਬਾਰੇ ਬਾਈ ਤੋਂ। ਥੋੜਾ ਜਿਹਾ ਇੱਥੇ ਪੱਕੇ ਕਰਕੇ ਪਸ਼ੂ ਪੱਕੇ ਤਾਂ ਕਰਦੇ ਆ, ਫਾਰਮ ਚੋਂ ਲਈ ਆ ਬੱਸੀ ਆਪਾਂ ਇਹ, ਥੋੜਾ ਜਿਹਾ ਪੱਕੇ ਕਰਕੇ ਪਸ਼ੂ, ਉਹ ਚੀਜ਼ ਮੰਨ ਜਾਂਦਾ ਹੁੰਦਾ, ਤੇ ਬਾਕੀ ਬੈਡ ਚੰਗੀ ਆ, ਤੇ ਨੰਬਰ ਬਾਈ ਦਾ ਸੱਜਣਾ ਮੈਂ ਵੀਡੀਓ 'ਚ ਹੀ ਲਾ ਦੂੰਗਾ। ਇਹਨਾਂ ਚਾਰਾਂ 'ਚੋਂ ਤੁਹਾਨੂੰ ਜਿਹੜਾ ਵੀ ਜਾਨਵਰ ਪਸੰਦ ਆਊਗਾ, ਨੇੜੇ ਆ ਕੇ ਤਸੱਲੀ ਕਰਕੇ ਆਪਣੀ ਨਿਰਖ ਪਰਖ ਨਾਲ ਇੱਥੇ ਤੋਂ ਜਾਂਚ ਕਰਕੇ ਬਾਈ ਤੋਂ ਲੈ ਜਾਇਓ। ਧੰਨਵਾਦ।